ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਹਾਂ ਪਿੰਡ ਡੇਰੀ ਫਾਰਮ ਵਿੱਚ। ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਗਲਾਲੀਪੁਰ, ਜ਼ਿਲ੍ਹਾ ਤਰਨ ਤਾਰਨ, ਤਹਿਸੀਲ ਵੀ ਤਰਨ ਤਾਰਨ। ਇਸ ਘਰ 'ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ। ਵੀਰ ਜਿਹੜੀ ਵਪਾਰ ਦਾ ਕੰਮ ਕਰਦੇ ਆ, 3 ਪਸ਼ੂ ਸੇਲ ਕਰਨੇ ਆ, ਇੱਕ ਤਾਜ਼ੀ ਸੂਈ ਝੋਟੀ ਟੌਪ ਦੀ ਚੰਗੀ ਕੁਆਲਿਟੀ ਦੀ, ਤੇ ਇੱਕ ਤੋਕੜ ਕੱਬਣ ਵੈੜ, ਇੱਕ ਜਰਸੀ ਵੱਸੀ ਸੇਲ ਕਰਨੀ ਆ ਜੀ। ਅਜੇ ਖੀਰੀ ਆ, ਮੂੰਹ ਤੋਂ ਖੀਰੀ ਹੋਣੀ, ਪਤਾ ਨਹੀਂ ਖੀਰੀ ਤੋਂ ਘੱਟ ਹੀ ਹੋਵੇ, ਤੇ ਬਾਕੀ ਡਿਟੇਲ ਭਾਜੀ ਕੋ ਲੈ ਲਾਂਗੇ। ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ, ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ, ਸੂਹੇ ਸਵਾਏ ਪਸ਼ੂ 2 ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ। ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਣ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ, ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ। ਆਪਾਂ ਭਾਈ ਹੋਣਾਂ ਨਾਲ ਗੱਲਬਾਤ ਕਰਾਵਾਂਗੇ, ਇਹਨਾਂ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਆ ਜੀ? ਠੀਕ ਠਾਕ, ਵਧੀਆ। ਠੀਕ ਹੈ ਜੀ, ਤੇ ਐਡਰੈਸ ਦੱਸ ਦਿਓ ਜੀ ਆਪਣਾ। ਐਡਰੈਸ ਬਲਜੀਤ ਸਿੰਘ, ਪਿੰਡ ਗਲਾਲੀਪੁਰ, ਹਾਂਜੀ, ਤਹਿਸੀਲ ਤਰਨ ਤਾਰਨ, ਜ਼ਿਲ੍ਹਾ ਤਰਨ ਤਾਰਨ। ਠੀਕ ਹੈ ਜੀ, ਹਾਂਜੀ। ਤੇ ਫੋਨ ਨੰਬਰ ਦੱਸ ਦਿਓ ਜੀ। 7694-7691। ਠੀਕ ਆ, ਪਹਿਲੀ ਵੀਡੀਓ ਲੱਗੀ ਬਣ, ਹਾਂਜੀ ਹਾਂਜੀ, ਪਹਿਲੀ ਵੀਡੀਓ ਵਪਾਰ ਦਾ ਕੰਮ ਆਪਣਾ ਜੀ। ਹਾਂਜੀ ਹਾਂਜੀ, ਠੀਕ ਹੈ ਜੀ। ਤੇ 3 ਪਹੂ ਆ, ਹਨਾ? ਹਾਂਜੀ ਹਾਂਜੀ, ਇੱਕ ਤੋਕੜ ਗੱਬਣ, ਤੋਕੜ ਗੱਬਣ 2 ਮਹੀਨੇ ਦੀ ਗੱਬਣ ਆ, ਤੇ 5 ਲੀਟਰ ਦੁੱਧ, 5 ਲੀਟਰ ਦੁੱਧ ਵਾ ਵੈਟ ਕੋਲ। ਠੀਕ ਹੈ ਜੀ, ਇੱਕ ਝੋਟੀ, ਹਾਂਜੀ ਇੱਕ ਝੋਟੀ, ਇੱਕ ਗਿਫਟ ਦੇਣਾ ਨਾਲ, ਹਾਂਜੀ ਜੇ ਦੋਵੇਂ ਕੋਈ ਭੈਣ ਭਰਾ ਖੜਦਾ ਗਿਫਟ ਦਵਾਂਗੇ ਜੋੜੇ ਦੇ ਨਾਲ ਹੀ, ਹਨਾ? ਜੋੜੇ ਦੇ ਨਾਲ। ਠੀਕ ਆ, ਹਾਂਜੀ। ਤੇ ਸ਼ੁਰੂਆਤ ਕਰੀਏ ਆਪਾਂ ਵੈਟ ਤੋਂ ਹੀ, ਹਨਾ? ਸੂਆ ਕਿੰਨਵਾਂ ਇਹਦਾ ਜੀ? ਇਹ ਜੀ 3ਜੇ ਸੂਏ ਵੈਡ ਆ, 3ਜੇ ਸੂਏ। ਹਾਂਜੀ ਠੀਕ ਆ ਜੀ। ਹਾਂਜੀ, ਤੇ ਦੁੱਧ 5 ਲੀਟਰ, ਹਾਂਜੀ 5 ਲੀਟਰ। ਤੇ ਗੱਬਣ ਕਿੰਨੇ ਚਿਰ ਦੀ ਆ ਜੀ? 2 ਮਹੀਨੇ ਦੀ ਗੱਬਣ। ਚੈੱਕ ਪਾਸ ਆ ਜੀ? ਹਾਂਜੀ ਚੈੱਕ ਪਾਸ। ਤੁਸੀਂ ਆਪ ਕਰਾਈ ਆ? ਹਾਂਜੀ ਆਪ ਕਰਾਈ। ਠੀਕ ਆ ਜੀ, ਕੋਈ ਵੀਰ ਭਰਾ ਖੜਦਾ ਤੇ ਚੈੱਕ ਆਪਦੀ ਕਰਾ ਕੇ, ਉਹ ਵੀ ਕਰਾ ਲੇ, ਹਨਾ? ਹਾਂਜੀ ਹਾਂਜੀ, 2 ਮਹੀਨੇ ਹੋ ਗਏ ਆ, ਦੋਵਾਂ ਹਾਂ ਮਹੀਨਿਆਂ ਦੀ ਦੋ ਚੈੱਕ ਮਹੀਨੇ ਕਰਾਈ। ਹਾਂਜੀ ਹਾਂਜੀ। ਠੀਕ ਆ ਜੀ, ਦੁੱਧ 5 ਕਿਲੋ। ਸੱਜਰ ਨੇ ਦੁੱਧ ਕਿੰਨਾ ਕੁ ਚੋਇਆ ਜੀ? 16 ਕੁ ਲੀਟਰ ਚੋਇਆ ਜੀ। ਠੀਕ ਹੈ, ਤੋਰੀਏ ਜੀ ਇਹਨੂੰ ਖੋਲ ਕੇ, ਆ ਜਾਓ। ਆਹ ਵੇਖੋ ਜੀ, 16 ਲੀਟਰ ਦੁੱਧ ਚੋਇਆ ਵੈੜ ਨੇ, ਤੇ ਫੇਸ ਕੁਆਲਿਟੀ ਚੈੱਕ ਕਰ ਲਓ, ਬੜੀ ਚੰਗੀ ਆ, ਸੋਹਣੀ ਪੂਰੀ ਆ। 3ਜਾ ਸੂਆ ਸੂਣਾ ਗਾਂ, ਇਹਨੇ 2 ਸੂਏ ਦਿੱਤੇ ਆ, 5 ਲੀਟਰ ਦੁੱਧ ਆ ਇਸ ਟਾਈਮ ਤੇ ਜੀ। ਮੋੜ ਲਿਆਓ, ਆ ਜਾਓ, ਆਹ ਵੇਖੋ, ਕਰੋ ਚੈੱਕ, ਕੱਦ ਕੱਠ ਵੀ ਸੋਹਣਾ ਵਾ, ਬੇਲ ਦੀ ਲੰਮੀ, ਥਾਣ ਵੀ ਸੋਹਣਾ ਲੱਗਾ ਜੀ, ਕਰੋ ਚੈੱਕ। ਠੀਕ ਆ, ਰੱਸੀ ਪਾ ਕੇ ਚਾਹੁੰਦੇ ਭਾਜੀ ਕਿੱਦਾਂ ਜੀ? ਨਹੀਂ, ਉਸ ਤਰ੍ਹਾਂ ਹੀ ਬਸ ਬਹਿ ਜਾਈਦਾ, ਰੱਸੀ ਤੋਂ ਬਿਨਾਂ ਹੀ ਮਿਲ ਗਈ ਹੈ, ਹਨਾ? ਠੀਕ ਆ, ਹਾਂਜੀ। ਤੇ ਮੁੱਲ ਕਿੰਨਾ ਕਰਨਾ ਜੀ? ਮੁੱਲ ਜੀ 20 ਤੋਂ 21 ਹਜ਼ਾਰ ਰੁਪਇਆ ਕਰਦੇ ਆ। ਅੱਛਾ ਜੀ, ਤੇ ਲੈਣ ਦੇਣ ਕਰ ਦਾਂਗੇ 18 18 ਹਜ਼ਾਰ ਦੀ, ਹੋਰ ਜਰਮਾਨ ਕਰ ਦਾਂਗੇ, ਛੋੜ ਕਰ ਦੋਗੇ ਮੌਕੇ, 17 ਹਜ਼ਾਰ ਦੀ, 17 ਹਜ਼ਾਰ ਦੀ। ਹਾਂਜੀ ਠੀਕ ਹੈ ਜੀ, ਆਹ ਵੇਖੋ ਤੋਕੜ ਕੱਬਣ, ਜਿਹੜਾ ਮੁੱਲ ਕੀਤਾ ਭਾਈ ਨੇ, ਆਹ ਮੁੱਲੀ ਨਹੀਂ ਲੱਭਣੀ ਤੁਹਾਨੂੰ, ਬਹੁਤ ਹੀ ਸੋਹਣੀ ਆ ਜੀ, ਬਿਲਕੁਲ ਠੰਡੀ ਧੀਰੀ ਹੈ ਨਾ? ਹਾਂ ਬਿਲਕੁਲ ਠੰਡੀ ਧੀਰੀ ਤੇ, ਆਹ ਵੇਖੋ ਜੀ, ਠੰਡੀ ਧੀਰੀ ਬਿਲਕੁਲ ਆ, ਜਿੱਦਾਂ ਮਰਜ਼ੀ ਕੋਈ ਨਿਆਣਾ ਚੋਲੇ, ਸਿਆਣਾ ਚੋਲੇ, ਵੰਗੇ ਤੋਂ ਬਗੈਰ ਹੀ, ਵੰਗੇ ਤੋਂ ਬਗੈਰ ਹੀ ਜੀ। ਠੀਕ ਆ, ਮੁੱਲ ਬਿਲਕੁਲ ਜਾਇਜ਼ ਆ ਜੀ। ਤੇ ਬਾਕੀ ਆ ਕੇ ਜਿਹਨੇ ਵੀਰ ਭੈਣ ਨੇ ਖਰੀਦਣੀ ਹੈ ਨਾ, ਉਹ ਵੀ ਚੈੱਕ ਕਰਾ ਲਏ ਆਪਣੀ, ਹਨਾ? ਬਾਅਦ ਚ ਕੋਈ ਲਾਂਭਾ ਨਹੀਂ ਰਹਿੰਦਾ ਇਹ ਚੀਜ਼ ਦੇ ਵਿੱਚ। ਹਾਂਜੀ ਹਾਂਜੀ। ਤੇ ਅੱਗੇ ਝੋਟੀ ਦਿਖਾ ਦੀ ਜੀ। ਹਾਂਜੀ ਆ ਝੋਟੀ ਹੈ ਜੀ। ਸੂਆ ਇਹਦਾ ਕਿੰਨਵਾ ਜੀ? ਇਹ ਦੂਸਰੇ ਸੂਏ ਆ, ਦੂਸਰੇ ਸੂਏ ਸੂਈ ਹੈ ਜੀ। ਹਾਂਜੀ। ਦੁੱਧ ਕਿੰਨਾ ਜੀ ਇਹਦੇ ਕੋਲ? ਦੁੱਧ 10 ਲੀਟਰ ਆ। ਤੇ ਸੂਈ ਨੂੰ ਕਿੰਨੇ ਕੁ ਦਿਨ ਹੋ ਗਏ ਆ? ਸੂਈ ਨੂੰ 18 ਤੋਂ 19 ਕੋ 20 ਗਿਣ ਲੇ। ਠੀਕ ਆ, ਆਹ ਬੱਚਾ ਜੀ ਕੱਟਾ ਕੱਟੀ ਮਗਰ, ਕੱਟੀ ਮਗਰ, ਕੱਟੀ ਮਗਰ। ਹਾਂਜੀ, ਲੈ ਉਹ ਖੋਲ ਕੇ ਜੀ ਭਾਜੀ ਇਹਨੂੰ ਵੀ। ਅਠਾਰਾਂ ਤੋਂ 19 ਦਿਨ ਹੋ ਗਏ ਆ, 20 ਤੋਂ ਅੰਦਰ ਹੀ ਆ ਜੀ ਅਜੇ।
ਤੇ ਸੋਹਣੀ ਸੁਨੱਖੀ ਝੋਟੀ ਵੇਖ ਲਓ, ਬਹੁਤ ਸੋਹਣੀ ਆ ਜੀ, ਕੁਆਲਿਟੀ ਚੈੱਕ ਕਰੋ, ਸਿੰਗ ਵੀ ਸੋਹਣਾ ਲੱਗਾ, ਫੇਸ ਕੁਆਲਿਟੀ ਬੜੀ ਸੋਹਣੀ ਆ। ਬਾਕੀ ਹਵਾਨਾ ਜਿਹੜਾ ਨਾ ਕਰਮ ਵਾਲੀ ਕੋ, ਆਹ ਵੇਖੋ ਜੀ, ਹਵਾਨਾ ਪਿਛਾਂਹ ਨੂੰ ਵੀ ਉਹਨਾਂ ਦਾ, ਅੱਗੇ ਨੂੰ ਵੀ ਉਹਨਾਂ, ਚੰਗਾ ਸੋਹਣਾ ਜੀ, ਆਹ ਵੇਖੋ ਕਰੋ ਚੈੱਕ, ਵਧੀਆ ਹਵਾਨਾ ਵਾ। ਬਾਕੀ ਡਰਦੀ ਆ ਜਾਓ, ਲੈ ਆਓ ਭਾਅ ਜੀ, ਲੈ ਆਓ, ਡਰਦੀ ਸਾਡੇ ਤੋਂ। ਆਹ ਵੇਖੋ ਜੀ, ਕਰੋ ਚੈੱਕ, ਬਾਕੀ ਪੂਰੀ ਕੈਮ ਆ, ਲਿੱਸੀ ਨਹੀਂ, ਲਿੱਸੀ ਨਹੀਂ ਕਿਸੇ ਬੰਨਿਓ ਵੀ, ਖੁੰਝੀ ਨਹੀਂ ਗੀ, ਥਣਾਂ ਦਾ ਗੈਪ ਵੀ ਚੰਗਾ, ਸੋਹਣੀ ਸੁਨੱਖੀ ਪੂਰੀ ਆ ਜੀ। ਬਾਕੀ ਥਣ ਥੁਣ ਬੜਾ ਸੋਹਣਾ ਲੱਗਾ, ਤੇ ਗੈਪ ਵੀ ਥਣਾ ਚੰਗਾ ਵਾ ਭਾਜੀ, ਥਣਾ ਚ ਕੋਈ ਵਾਧ ਘਾਟ ਨਹੀਂ ਆ? ਨਾ ਨਾ, ਕੋਈ ਵਾਧ ਘਾਟ ਨਹੀਂ, ਐ ਬਰਾਬਰ ਥਣ। ਠੀਕ ਆ, ਬਰਾਬਰ ਥਣ ਆ ਜੀ। ਹਾਂਜੀ। ਤੇ ਦੁੱਧ? ਦੁੱਧ 10 ਲੀਟਰ। 10 ਲੀਟਰ ਤੇ ਵਾਧੂ ਥੋੜਾ ਬਹੁਤਾ ਕਿ ਨਹੀਂ? ਦੁੱਧ 12 ਕਰ ਆਊਗੀ ਮੌਸਮ ਦੇ ਮੁਤਾਬਕ। ਹਾਂ, ਬਾਕੀ ਮੌਸਮ ਸਿਆਲ ਆ ਗਿਆ, ਗਾਂ ਦੁੱਧ ਚੰਗਾ ਚੁਆਈ ਜਾਣਾ। ਹਾਂਜੀ। ਆ ਵੇਖੋ ਜੀ, ਪੈਪਾਂ ਦੁੱਧ ਵਾਲੀਆਂ ਕਿੱਦਾਂ ਲੱਗੀਆਂ, ਤੇ ਸੋਹਣੀਆਂ। ਬਾਕੀ ਹਵਾਨਾ ਪਛਾਣ ਨੂੰ ਵੀ ਉਹਨਾਂ ਵਾ, ਤੇ ਅੱਗੇ ਨੂੰ ਵੀ ਉਹਨਾਂ ਵਾ, ਕਰੋ ਚੈੱਕ। ਆ ਵੇਖੋ ਤੇ ਵੀਰ ਜੀ, ਇਹਦਾ ਮੁੱਲ ਕਿੰਨਾ ਕਰਨਾ ਜੀ? ਮੁੱਲ ਤੇ 90 ਕਰਦੇ, 95। ਹਾਂਜੀ, 85,000 ਦੀ ਦੇ ਦਾਂ। ਛੋੜ ਕਿੰਨੀ ਕਰ ਦੋਗੇ? ਛੋੜ ਤੁਸੀਂ ਕਰ ਦੋ ਵੀਰ ਜੀ। ਕਰ ਦੋਗੇ 2,000 ਦੀ? ਚਲੋ ਕਰ ਦਾਂਗੇ। 83,000 ਦੀ? 83,000 ਦੀ ਦੇ ਦਾਂ। ਬਾਕੀ ਮੌਕੇ ਦੇ ਜਿਹੜੇ ਭੈਣ ਭਰਾ ਨੂੰ ਪਸੰਦ ਹੋਵੇ, ਚਲੋ 150 ਕਰ ਦਾਂਗੇ ਜੀ। ਠੀਕ ਹੈ, ਤਾਂ ਬਾਕੀ ਜੇ ਜੋੜਾ ਲੈ ਜਾਏ ਤਾਂ ਮਾਣਦਾਨ ਖੁੱਲਾ ਕਰ ਦਿਓ। ਹਾਂਜੀ, ਮਾਣਦਾਨ ਕਰ ਦਾਂਗੇ। ਠੀਕ ਆ, ਜੇ ਕੋਈ ਜੋੜਾ ਖੜੇ ਹੋ ਗਿਫਟ ਦੇਵਾਂਗੇ ਬੱਚੀ। ਵਸ਼ੀ ਗਿਫਟ? ਹਾਂਜੀ। ਤਾਂ ਵਸ਼ੀ ਦਿਖਾ ਦਈਏ ਹੁਣ ਫੇਰ? ਹਾਂਜੀ, ਵਸ਼ੀ ਦਿਖਾ ਦਈਏ। ਆਹ ਵੇਖੋ ਵਸ਼ੀ ਚੈੱਕ ਕਰੋ ਜੀ, ਕਿੱਦਾਂ, ਇਹ ਕਿੰਨੇ ਚਿਰ ਦੀ ਹੋ ਗਈ ਹੈ ਜੀ? ਇਹ ਜੀ 1.5 ਸਾਲ ਦੀ ਆ ਪੂਰੀ। 1.5 ਸਾਲ ਦੀ ਹੋ ਗਈ ਆ? ਠੀਕ ਆ, ਜਰਸੀ ਪਿਓਰ ਆ, ਓਰੀਜਨਲ ਜਿਹੜੀ ਜਰਸੀ ਆ ਨਾ। ਹਾਂਜੀ। ਤੇ ਥਣੀ ਦੀ, ਥਣੀ ਵੇਖੋ ਇਹਦੀ ਕਿੱਡੀ ਸੋਹਣੀ ਆ। ਹਾਂਜੀ, ਗੈਪ ਵੀ ਥਣੀ ਦਾ ਚੰਗਾ, ਤੇ ਮੜਾ ਮੂੰਹ ਘੁਮਾਇਆ ਇਹਨੂੰ ਭਾਜੀ ਇਹਦਾ। ਆਖ ਮੂੰਹ ਚੈੱਕ ਕਰੋ, ਜਰਸੀ ਪਿਓਰ ਜਰਸੀ ਜਿਹਨੂੰ ਕਹਿ ਦਿੰਦੇ, ਜਿਹੜੇ ਵੀਰ ਤਿਆਰ ਕਰਦੇ ਆ ਨਾ ਜਰਸੀਆਂ, ਉਹਨਾਂ ਵੀਰਾਂ ਨੂੰ ਪਤਾ ਵਾ ਕਿ ਕਿੰਨੀਆਂ ਸੋਹਣੀਆਂ ਦੀਆਂ ਜੀ। ਦੁੱਧ ਵੀ ਇਹਨਾਂ ਚੰਗਾ ਹੁੰਦਾ, ਗਾਂ ਬਣ ਜਾਊਗੀ ਥੋੜਾ ਟਾਈਮ ਲੈ ਕੇ। ਤੋਰ ਦਿਓ ਵੀਰ ਜੀ ਇਹਨੂੰ ਮੜਾ ਜਿਹਾ। ਆਹ ਵੇਖੋ ਜੀ, ਇਹ ਸਾਲ ਦੀ ਹੋ ਗਈ, 1.5 ਸਾਲ ਦੀ ਹੋ ਗਈ ਆ? 1.5 ਸਾਲ ਦੀ ਹੋ ਗਈ। 1.5 ਸਾਲ ਦੀ ਹੋ ਗਈ? ਹਾਂਜੀ। ਆਹ ਵੇਖੋ, ਇਹਦਾ ਮੁੱਲ ਕਿੰਨਾ ਕਰਨਾ ਜੀ? ਮੁੱਲ ਜੀ 8-9 ਜਿੰਨਾ ਮਰਜ਼ੀ ਕਰੀਏ। ਹਾਂਜੀ, 7,000 ਦੀ ਦੇ ਦੇਣੀ। 7,000 ਦੀ ਦੇ ਦੇਣੀ? ਹਾਂਜੀ। ਤੇ ਜੇ ਜੋੜੇ ਨਾਲ ਕੋਈ ਲੈ ਗਿਆ? ਜੋੜੇ ਨਾਲ ਉਹ ਵੀ ਕਰ ਦਾਂਗੇ ਫਿਰ ਲੈਸ, ਉਹ ਮੌਕੇ ਤੇ ਹੋ ਜਾਊਗਾ ਹਨਾ, ਉਸੇ ਹਿਸਾਬ ਨਾਲ ਕਰ ਲਿਓ ਹਨਾ। ਹਾਂਜੀ ਹਾਂਜੀ। ਕਰਨੀ ਕੋਈ ਗੱਲਬਾਤ ਹੋਰ ਜੀ? ਬਸ ਜੀ, ਠੀਕ ਆ ਜੀ। ਆਹੀ 3 ਪਸ਼ੂ ਆ, ਤੇ ਸੂਏ ਸਵਾਏ ਹੈਗੇ ਆ ਜੀ, ਇੱਕ ਤੋਕੜ ਕੱਪਣਾ ਤੇ ਇੱਕ ਮੱਝ ਸੂਈ ਸਵਾਈ ਆ ਤੇ ਇੱਕ ਜਰਸੀ ਆ ਜੀ। ਤੇ ਜ਼ਰੂਰੀ ਬੇਨਤੀ, ਹਰ ਵਾਰ ਹਰ ਵੀਡੀਓ 'ਚ ਇਹੀ ਕਰਦੇ ਹਾਂ, ਆਪਣੀ ਤਸੱਲੀ ਕਰ ਲਿਆ ਕਰੋ ਜੀ, ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ, ਲਾਂਭਾ ਨਾ ਰਹੇ ਕਿਸੇ ਗੱਲ ਦਾ ਜੀ। ਵੀਡੀਓ ਕਰਦੇ ਹੋ ਸ਼ੇਅਰ, ਧੰਨਵਾਦ ਜੀ।